ਦੀ ਹਰ ਸ਼ੈ ਭੁੱਲਦੀ ਏ ਮਾਂ ਦਾ ਲਹਿਜਾ ਨਹੀਂ ਭੁੱਲਦਾ ਬੱਚੀਆਂ ਦੇ ਹੱਥਾਂ ਤੋਂ ਕੁਰਾਨ ਤੜਪ ਗਿਆ ਵੱਡੀ ਭੈਣ ਨਿੱਕੀ ਨਾ ਦੀਏ ਬੰਦ ਕਰ ਕੁਰਾਨ ਇਹ ਲੱਗਦਾ ਏ ਜਿਵੇਂ ਅੰਮਾ ਜ਼ੈਨਬ ਆ ਗਈ ਬੱਚੀਆਂ ਕੁਰਾਨ ਬੰਦ ਕਰਕੇ ਰੱਖੇ ਟੁਰ ਕੇ ਉਹ ਦਰਵਾਜ਼ਾ ਖੋਲਿਆ ਜਿਹੜਾ 40 ਘਰਾਂ ਦੇ ਸੇਨੇ ਖੁੱਲਦਾ ਹੀ ਡਿੱਠਾ ਕੀਏ ਦਰਵਾਜ਼ੇ ਦੇ ਸਾਹਮਣੇ ਕੋਈ ਜ਼ਈਫ ਹੈ ਮੈਲਾ ਲਿਬਾਸ ਵਾਲਾਂ ਚ ਖਾ ਕੇ ਫਕੀਰਾਨਾ ਲਿਬਾਸ ਏ ਮੁੱਦਤਾਂ ਦੀਆਂ ਮਿੱਟੀਆਂ ਲੱਗੀਆਂ ਹੋਈਆਂ ਨੇ ਮਿੱਟੀ ਤੇ ਬਹਿ ਕੇ ਵੈਣ ਕਰਦੀ ਏ ਬੱਚੀਆਂ ਕੰਨ ਲਾਏ ਤੇ ਹੌਲੇ ਹੌਲੇ ਪਈਆ ਦੀ ਆਈ ਨਹੀਂ ਭੁੱਲਦਾ ਤੇਰਾ ਭਜਦੇ ਘੋੜੇ ਤੂੰ ਲੈ ਵੰਜਣਾ ਆਫਰੀਨ ਬਾਈ ਆਫਰੀਨ ਬਾਈ ਆਫਰੀਨ ਬਾਈ ਪਹਿਲੇ ਤੇ ਬੱਚੀਆਂ ਗੌਰ ਨਾਲ ਵੇਦੀਆਂ ਰਹੀਆਂ ਲਹਿਜਾ ਅੰਮਾ ਲੈ ਸੋਚ ਵੀ ਨਹੀਂ ਏ ਸਾਡੀ ਅੰਮੇ ਕਿਉਂ ਜਾਣਦੀਆਂ ਜਿਸ ਮਾਂ ਨਾਲ ਇੱਕ ਮਾਂ ਮਾਵੇ ਉਹ ਨਹੀਂ ਰੁਲਦੀ ਸਾਡੀ ਅੰਮਾ ਨਾਲ ਕਾਇਨਾਤ ਦੇ 9 ਬਾਦਸ਼ਾਹ ਮਾਮੇ ਗਏ ਹੋਏ ਸੋਚ ਵੀ ਨਹੀਂ ਏ ਸਾਡੀ ਅੰਮਾ ਉਹ ਸੀ ਲੇਕਿਨ ਲਹਿਜਾ ਅੰਮਾ ਦਾ ਪਹਿਲੇ ਤੇ ਦੋਵੇਂ ਖਲੋਤੀਆਂ ਰਹੀਆਂ ਅਖੀਰ ਨਿੱਕੀ ਖਲੋਤੀ ਰਹੀ ਵੱਡੀ ਟੁਰਦੀ ਟੁਰਦੀ ਮਾਂ ਦੀ ਗੱਲ ਯਾਦ ਆ ਗਈ ਕਰੀਬ ਆ ਕਿਆ ਦੀ ਏ ਜ਼ਈਫਾ ਚਿਹਰੇ ਤੇ ਅਰਬੀ ਬੁਰ ਕੇ ਜੀ ਕਰਾਂ ਫਰਮਾਇ ਸਾਡੇ ਦਰਵਾਜ਼ੇ ਤੇ ਮਿੱਟੀ ਤੇ ਬਾਣਾ ਮਨੈ ਕਿਸ ਦੀ ਸਾਡੀ ਅੰਮਾ ਜਾਨ ਦੀ ਕਿੱਥੇ ਅੰਮਾ ਮਾਮਿਆਂ ਨਾਲ ਰਾਗ ਟੁਰ ਗਈ ਟੁਰਦੀ ਵਾਰੀ ਮੈਨੂੰ ਹੁਕਮ ਦੇ ਕੇ ਗਈ ਏ ਕਿਸੇ ਸਵਾਲੀ ਨੂੰ ਜ਼ਿਆਦਾ ਦੇਰ ਨਹੀਂ ਬਹਾਣਾ ਫਰਮਾਇ ਬੇਟਾ ਮੈਂ ਮੰਗਣ ਵਾਲੀ ਤੇ ਨਹੀਂ ਕੌਣ ਫਰਮਾਇਆ ਮੈਂ ਪਰਦੇਸਣਾ ਰਾਤ ਅੱਧ ਤੋਂ ਢਲ ਚੁੱਕੀ ਏ ਜਿਤਨੇ ਬੈਠੇ ਹੋ ਰੋਣ ਆਇਓ ਜਿਹੜਾ ਬੰਦਾ ਸ਼ੀਏ ਜੁਮਲੇ ਤੇ ਮੈਂ ਉਹਦੀ ਹਾਏ ਸੁਣਾ ਬੱਚੀ ਵੇ ਕਿਆ ਦੀਏ ਕਿੱਥੋਂ ਆਇਓ ਫਰਮਾਇਆ ਬੇਟਾ ਮੈਂ ਬੜੀ ਦੂਰੋਂ ਆਈਆਂ ਵਤਨ ਕਿਹੜਾ ਏ ਮੇਰਾ ਵਤਨ ਸ਼ਾਮ ਸ਼ਾਮ ਦੀ ਬੀਬੀ ਤੁਹਾਡਾ ਨਾਂ ਕੇ ਫਰਮਾਇਆ ਬੇਟਾ ਮੇਰਾ ਨਾਂ ਉਮਲ ਮਸਾਏ ਉਮਲ ਮਸਾਏ ਬੀਬੀ ਇੱਥੇ ਕਿਉਂ ਆਇਓ ਫਰਮਾਇਆ ਮੁਹੰਮਦ ਮੁਸਤਫਾ ਦਾ ਸਲਾਮ ਕਰਨ ਆਓ ਨਾ ਮੈਂ ਨਾਲ ਚੱਲਾਂ ਮੇਰੇ ਨਾਨੇ ਦੇ ਜ਼ਵਾਰ ਹੋ ਤੁਸੀਂ ਫਰਮਾਇ ਮੈਂ ਘਰ ਆਈਆਂ ਸਲਾਮ ਇੱਥੇ ਕਿਉਂ ਆਇਓ ਫਰਮਾਇ ਬੇਟਾ ਇੱਥੇ ਆਈਆਂ ਮੈਨੂੰ ਪਤਾ ਲੱਗੇ ਅਰਸ਼ਾਂ ਦੇ ਵਸਦੇ ਇਹਨਾਂ ਘਰਾਂ 'ਚ ਰਹੇ ਜਿਹਦੇ ਸਦਕੇ ਚੱਲਾ ਕਾਇਨਾਤ ਬਣਾਈ ਆਈ ਮੇਰਾ ਦਿਲ ਕੀਤਾ ਮੈਂ ਔਲਾਦ ਮੁਹੰਮਦ ਦੇ ਘਰ ਵੇਖਾਂ ਉਸ ਵੇਲੇ ਬੱਚੀ ਠੱਡਾ ਸਾਹਿਬ ਆਰ ਕਿਆ ਦੀਏ ਜ਼ਈਫਾ ਅੱਜ ਵੇਖਣ ਆਈ ਅੱਜ ਸਾਡੇ ਘਰ ਜ਼ਿਆਰਤ ਦੇ ਕਾਬਲ ਨਹੀਂ ਰਹਿ ਗਏ ਉਦਣ ਆਵੇਂ ਆ ਜਦਣ ਅੰਮਾ ਜ਼ੈਨਬ ਵਸਦੀ ਆਈ ਜਦਣ ਅੰਮਾ ਵਸਦੀ ਆਈ ਫਰਿਸ਼ਤੇ ਸਾਡੀਆਂ ਚੱਕੀਆਂ ਪੀਣ ਦਾ ਇੰਤਜ਼ਾਰ ਮਰਹਬਾ 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 ਮੈਂ ਸਦਕੇ ਆਵਾਂ ਆਓ ਬਿਸਮਿਲ੍ਲਾ ਉੱਠੋ ਸਾਡੇ ਘਰ ਆਓ ਅਸੀਂ ਕੋਈ ਗਰੀਬ ਤੇ ਨਹੀਂ ਅਸੀਂ ਕਾਲੀਨਾਂ ਤੇ ਬੈਠਾਈਏ ਫਰਮਾ ਬੇਟਾ 11 ਮੁਹਰਮ ਦੇ ਬਾਅਦ ਮੈਨੂੰ ਕਾਲੀਨ ਚੰਗੇ ਨਹੀਂ ਲੱਗਦੇ ਪਾਣੀ ਲਿਆਵਾਂ ਫਰਮਾਇਆ ਕਿਵੇਂ ਪੀਵਾਂ ਮੇਰੇ ਵਾਹਦਿਆਂ ਦਰਿਆਵਾਂ ਦੀ ਮਨ ਤੇ ਤੱਸੇ ਮਾਰੇ ਗਏ ਜ਼ਈਫਾ ਜੇ ਬਹਿਣੇ ਤੇ ਸਾਡੇ ਘਰ ਸਾਡੇ ਬਾਬਾ ਜਾਨ ਵੀ ਨਾਰਾਜ਼ ਹੁੰਦੇ ਬਿਲਕੁਲ ਆਵਣ ਵਾਲੇ ਨੇ ਫਰਮਾ ਬੇਟਾ ਮੈਂ ਨਾ ਉਠਾਓ ਮੈਂ ਜਾਣਾ ਤੁਹਾਡਾ ਬਾਬਾ ਜਾਣ ਮੈਂ ਵਾਅਦਾ ਕਰਨੀ ਆ ਤੁਹਾਡਾ ਬਾਬਾ ਤੁਹਾਡੇ ਨਾਲ ਨਾਰਾਜ਼ ਨਾ ਸੀ ਬੱਚੀ ਆਦੀ ਜਿੱਥੇ ਬੈਠੇ ਕਿਉਂ ਹੋ ਦੋ ਵਜ੍ਹਾ ਨੇ ਮੇਰੇ ਇੱਕ ਮੈਂ ਥੱਕੀ ਬੜੀ ਹਾਂ ਮੇਰਾ ਪੁੱਤਰ ਮੈਂ ਤੁਹਾਨੂੰ ਕਿਵੇਂ ਦੱਸਾਂ ਬੜੀ ਮੁੱਦਤ ਦੇ ਬਾਅਦ ਅੱਜ ਪਹਿਲੀ ਵਾਰੀ ਆਪਣੀ ਮਰਜ਼ੀ ਨਾਲ ਮੈਂ ਬੈਠੀ ਹਾਂ ਜਦਣ ਮੈਂ ਉਜੜੀ ਆਈ 9-9 ਘੰਟੇ ਨਾ ਮੈਨੂੰ ਕਿਸੇ ਮਰਜ਼ੀ ਨਾਲ ਖਲੋਵਣ ਦਿੱਤੇ ਨਾ ਬਾਹਣ ਦਿੱਤੇ ਦੂਜਾ ਜਿੱਥੇ ਮੈਂ ਬੈਠੀ ਹਾਂ ਇਸੇ ਘਰ ਦੇ ਅੰਦਰ ਕੋਈ ਬੱਚਾ ਕੁਰਾਨ ਪੜ੍ਹਦਾ ਏ ਮੈਂ ਤਾਂ ਕੁਰਾਨ ਸੁਣਨ ਬਹਿ ਗਈ ਹਾਂ ਬੱਚੀਆਂ ਦੀ ਅਸੀਂ ਪੜ੍ਹਿਆ ਕਿਸ ਕਿਸ ਫਰਮਾਇਆ ਮੈਂ ਤੇ ਮੇਰੀ ਛੋਟੀ ਛੋਟੀ ਕਿੱਥੇ ਜੀ ਇਹ ਖਲੋਤੀ ਫਰਮਾਇਆ ਏਡੇ ਸੋਹਣੇ ਲਹਿਜੇ ਕੁਰਾਨ ਦੇ ਕਿੱਥੋਂ ਪਕਾਏ ਫਰਮਾਇਆ ਜ਼ਈਫਾ ਦੱਸਣ ਤੇ ਦਿਲ ਲਾਈ ਲੇਕਿਨ ਦੱਸਣੀਆਂ ਇਹ ਲਹਿਜਾ ਸਾਡਾ ਨਹੀਂ ਇਹ ਸਾਡੀ ਅੰਮਾ ਦਾਮ ਦਾ ਲਹਿਜਾ ਅਜੇ ਤੁਸੀਂ ਸਾਡੇ ਕੋਲੋਂ ਸੁਣਿਆ ਸਾਡੀ ਅੰਮਾ ਕੋਲੋਂ ਕੁਰਾਨ ਨਹੀਂ ਸੁਣਿਆ ਫਜਰ ਦਾ ਵੇਲਾ ਆਉਂਦਾ ਏ ਅੰਮਾ ਕੁਰਾਨ ਪੜ੍ਹਦੀ ਆਈ ਸਾਡਾ ਨਾਨਾ ਅਲੀ ਸਤੂਨਾ ਨਾਲ ਛੁਪ ਛੁਪ ਕੇ ਸਾਡੀ ਅੰਮਾ ਦਾ ਕੁਰਾਨ ਸੁਣਦਾ ਅੱਲਾ ਜਾਣੇ ਸਾਡੀ ਮਾਂ ਦਾ ਕਿਹੜਾ ਸੋਹਣਾ ਮਰਹਬਾ ਮਰਹਬਾ ਬਾਈ ਮਰਹਬਾ ਬਾਈ ਮਾਹੌਲ ਦੱਸਦਾ ਕੋਈ ਵਾਰਸ ਮੌਜੂਦ ਹੈ ਬਾਈ ਫਰਮਾਇਆ ਮੇਰਾ ਪੁੱਤਰ ਮੈਨੂੰ ਕੁਰਾਨ ਸੁਣਾਓ ਬੱਚੀ ਦਾ ਦਿਲ ਕਰਦਾ ਮੈਂ ਚਿਹਰਾ ਵੇਖਾਂ ਚਿਹਰਾ ਨਜ਼ਰ ਨਹੀਂ ਆਉਂਦਾ ਬੇਟਾ ਮੈਨੂੰ ਕੁਰਾਨ ਮੈਂ ਤਾਂ ਸੁਣਿਆ ਸੈਯਦ ਸਖੀ ਆਉਂਦੇ ਤੁਸੀਂ ਸੈਯਦ ਹੋ ਨਾ ਜੀ ਅਸੀਂ ਸੈਯਦ ਹਾਂ ਫਰਮਾਇਆ ਮੈਂ ਕਿਹਾ ਯਾਦ ਕਰ ਸਾਂ ਮੈਂ ਸੈਯਦਾਂ ਦੇ ਬੋਆਂ ਤੋਂ ਖਾਲੀ ਵੱਲ ਆਈਆਂ ਉੱਠੋ ਮੈਨੂੰ ਕੁਰਾਨ ਸੁਣਾਓ ਬੱਚੀ ਉੱਠ ਖਲੋਤੀ ਨਿੱਕੀ ਨੇ ਵੇਖ ਕੇ ਦੀ ਟੁਰਨ ਕੁਰਾਨ ਸੁਣਾਈ
अरशां दी शहजादी गुजरां लिया मिट्टियां ते बैठी रही बच्चियां के कुरान खोले ने वेखी मेरे अल खोले दुआन ने पढ़न दुआ तू नहीं हो वड्डी कुरान पढ़दी रही है निकी दियां अखां वसदियां रहीयां कुरान दे वर्क पुछदे रहे पांजे तां वड्डी पढ़ के निकी ना दी तू ही पढ़ना आधी मेरे बस की गल नहीं के बने आधी है तू वड्डी है तेरा हौसला वड्डा है मैं कोशिश करनी है मेरे को नहीं पढ़ेगा के बने आधी तू दे कोल मिट्टियां ते बैठी रही है बह के गल्लां करदी रही है मैं खलो के वेदी रही हूं उदे सारी चूं रात पई वहांदी आए इन लगता है जिमें ओनू कोई मारदा रहा है उदे छुड़ावे वाला कोई नहीं उदियां वाला चू ताजा खून आफरीन 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 भाई आफरीन भाई मैं सदके आवां बंद कर कुरान मेरा दिल जाके उन्हें पूछिए उन किस मारे है इदू बच्चियां टुर पईयां उधरों अब्दुल्ला बिन जाफर तैयार आ गए उसे वड्डे दरवाजे चू टुरदे टुरदे सहन अबूर करदे अपने घर के सामने कोई ज़ईफा फकीराना लिबास उजड़ी हालत धूलां ते मिट्टियां वाला काला बुरका कुरान दी मेन कसम है गैर महरम समझ के अब्दुल्ला चुप करके कोलों गुजर गए ओ मातमिया जदन वार चुप करके गुजरे उसे ले आसमान अल मोह करके दे हुण दस मेरा अल्लाह तेरा दीन बचिया या कोई ना तेरा दीन बच गया है मैं अपने वेड़े गैर महरम हो गई हाँ मेरा अल्लाह मैं ना आउन दे बाबे नहीं पहचाणिया मैंने वारस नहीं पहचाणिया अब्दुल्ला अपने घर गए अगे बच्चियां पियां रोंदियां मेरा पुत्र भूल गई मां दी गल कौन है बाहर कोई सवाल बाबा मंगन आली नहीं मेरा पुत्र बाजे ओ शरीफ उजड़ दे जन मंगन दा वल नहीं आंदा असी सैयद हां बिन मंगे अता करने आ पुछो दे कोल कोई गल निक्की धी चुखी पई रोंदी है इंशाल्लाह निक्कियां ना रोवण मैं खुद दियां ला छोटी धी रोवे ते मां प्यो नु कुछ नहीं सुझदा अब्दुल्ला निक्की धी नु चाह के हां ना ला कदे तू क्यों रोनी है अदिये बाबा अज तक मैं कोई शय नहीं मंगी बाबा मैं कसम देनी अगो मैं कोई शय ना मंगी बाबा अज मेरे आखे लाके ओ ज़ईफा नाल गल्ला करो क्यों मेरा पुत्र फरमाए बाबा इंज बोल दी है जिमें अम्मा ज़ैनब बोले उदा लहजा साड़ी अम्मा नाल मिल दे इंज बोल मरहबा 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 फरमाया बेटा सी गैर महरमा उन्हां नाल सी किवें बोलीए बच्ची आदी बाबा मैं दसनी आ मिट्टियां ते बैठी कंड उदी साडे घर आले सामने ना खलोवो कंड आले पासे खलोवो बाबा हो सकदा है सन बच्चे समझ के ना मंगदी होवे उदी कोई गरज ज्यादा हो टुर पे अब्दुल्ला दरवाजे खलो के सजे खबे दियां बेहड़े च आउण दी मां कंड अपने घर आले कंड आले पासे वारस खलो के पैदा ज़ईफा जी करा इन्हां दी मां घर कोई नहीं केड़ी शय चाहीदी है मैनूं दा जी मैं मंगण वाली नहीं पर मैंने नहीं तू अरशी फरशी मंगदे ने यो तो इमोन तो आमा अला हो बेही मिस्कीनम व यतीमम व असीरा यो दरवाजा है जितू फरिश्ते कदी यतीम बन साडा घर मंगना मेणा नहीं ऐब नहीं इबादत है अल्लाह हुक्म दिता है मांग घर साडे किसे शय दी कमी नहीं जो दिली मंग फरमाया तुहाडी मेहरबानी त्रीजी वारी अब्दुल्ला दिन मैं हुक्म पिया देना मंग जेड़े बंदे शिया मजहब नाल तलक रखदे हो हुण आलिया ते वाजिब ही मंगना क्यों शरी हाकम पिया दे मंग फरमैंदी ठीक है फिर एक मेरी शर्त आंबो पर मैं मेरे सामने आओ मैं मंगनी आ तुसी मिलदे हो अब्दुल्ला टुरदे टुरदे उत्थे आ गया अब्दुल्ला दा मुंह हो गया आलिया आलिया दा मुंह हो गया जमीन आली सज्जे खब्बे दी दियां दा मुंह माले पास अब्दुल्ला दे ले मैं हुण आ गया हुण मंग पहली बारी अली दी बुरके चू सर चार वारस अल वेखे ते अखां बंद आ
मेरी सेना दियो पुत्र जाफरे तैयार दा कुछ देने ही अखां खोल मैं वेख मैं कौन अब्दुल्ला दी आवाज आई है बीबी अल्लाह माना खसी सैयदा असी गैर महरमा नू कदी नहीं वेख्या गैर महरमा दा नाम आया जख्मी तलियां दा सहारा लैके उठ के आंदी है चाचे जाया मैं वेख ना महरम नहीं ज़ैनब मैं आ अली दी वड्डी धी मैं आ अली दी धी दा नाम है अब्दुल बाहर मिट्टी ते जाने हैरान हो क्या दे जे तू ज़ैनब अब्बास किन गई आई उच्चा रो रो के पैया दिए मेरे मुख गए माल ओ फिरावां दे जदा शाम गरीब आया गई मेरी चा